ਆਪਣੇ ਟ੍ਰੈਡੀਸ਼ਨਲ ਕੱਪੜਿਆਂ ਦੇ ਵਿੱਚ ਆਏ ਹੋਏ ਨੇ, ਇਹ ਲੱਗੂਗਾ ਜੇ ਅਸੀਂ ਇੱਦਾਂ ਕਰਾਂਗੇ ਤਾਂ ਕਿਵੇਂ ਲੱਗੂਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਅਸੀਂ ਆ ਜਾਂਗੇ ਮੈਲਬਨ ਦੇ ਚਾਈਨਾ ਟਾਊਨ ਦੇ ਵਿੱਚ, ਇੱਥੇ ਇੱਕ ਫੈਸਟੀਵਲ ਚੱਲ ਰਿਹਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦੀਆਂ, ਮਤਲਬ ਅੱਜ ਫਾਈਨਲ ਡੇ ਆ ਵੈਸੇ ਉਹਨਾਂ ਦਾ, ਅਤੇ ਚਲੋ ਬਾਏ ਚਾਂਸ ਸਾਨੂੰ ਮੌਕਾ ਮਿਲ ਗਿਆ ਅੱਜ ਇੱਥੇ ਆਉਣ ਦਾ, ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦਾ ਕਿੱਦਾਂ ਕਿੱਦਾਂ ਨਹੀਂ, ਮਤਲਬ ਉਹਨਾਂ ਦੇ ਡਰੈਸ ਨੇ ਕੀ ਇੱਥੇ ਕਰ ਰਹੇ ਨੇ ਉਹ, ਅਤੇ ਜੁੜੇ ਰਹੇ ਸਾਡੇ ਨਾਲ। ਦੇਖੋ ਕਿਵੇਂ, ਮਤਲਬ ਚਾਈਨਾ ਮਾਰਕੀਟ ਦੇ ਵਿੱਚ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ। ਇਹਨਾਂ ਦਾ ਕੋਈ ਅੱਜ ਫੈਸਟੀਵਲ ਦਾ ਲਾਸਟ ਡੇ ਆ, ਅਤੇ ਦੇਖੋ ਕਿਵੇਂ ਆਪਣੇ ਟ੍ਰੈਡੀਸ਼ਨਲ ਕੱਪੜਿਆਂ ਦੇ ਵਿੱਚ ਆਏ ਹੋਏ ਨੇ ਇਹ, ਤੁਸੀਂ ਦੇਖ ਹੀ ਸਕਦੇ ਹੋ। ਦੇਖੋ ਜੀ ਇੱਥੇ ਫੋਟੋ ਸ਼ੂਟ ਚੱਲ ਰਿਹਾ, ਅਤੇ ਇਹਨਾਂ ਦੇ ਟ੍ਰੈਡੀਸ਼ਨਲ ਕੱਪੜੇ ਵੀ ਦੇਖੋ ਤੁਸੀਂ ਪਾਏ ਹੋਏ ਇਹਨਾਂ ਦੇ। ਆਪਣੇ ਬੰਦੇ ਆਪਣਾ ਕਲਚਰ ਛੱਡ ਰਹੇ ਨੇ, ਅਤੇ ਇਹਨਾਂ ਦਾ ਦੇਖੋ ਇਹਨਾਂ ਨੇ ਇੱਥੇ ਆ ਕੇ ਵੀ ਕਿਵੇਂ ਸਾਂਭ ਕੇ ਰੱਖਿਆ ਹੋਇਆ, ਕੋਈ ਪਰਵਾਹ ਨਹੀਂ ਇਹਨਾਂ ਨੂੰ ਵੀ ਕੋਈ ਦੇਖਦਾ ਜਾਂ ਨਹੀਂ ਦੇਖਦਾ, ਵੀ ਕਿੱਦਾਂ ਦੂਜਿਆਂ ਨੂੰ ਲੱਗੂਗਾ ਜੇ ਅਸੀਂ ਇੱਦਾਂ ਕਰਾਂਗੇ ਤਾਂ ਕਿਵੇਂ ਲੱਗੂਗਾ। ਇਹਨਾਂ ਦੇ ਡਰੈਸਾਂ ਹੀ ਬਹੁਤ ਵਧੀਆ ਨੇ, ਮਤਲਬ ਅਟਰੈਕਟਿਵ ਨੇ, ਜਿਹੜੀਆਂ ਟ੍ਰੈਡੀਸ਼ਨ ਵੀ ਇਹਨਾਂ ਦੀਆਂ ਹੈਗੀਆਂ ਪਾਈਆਂ ਹੋਈਆਂ। ਆਹ ਵੇਖੋ ਤੁਸੀਂ ਕਿਵੇਂ, ਮਤਲਬ ਇਹਨਾਂ ਦੇ ਟ੍ਰੈਡੀਸ਼ਨ ਅਲੱਗ ਅਲੱਗ ਕੱਪੜੇ। ਜਨਤਾ ਵੀ ਤੁਸੀਂ ਦੇਖੋ ਕਿੰਨੀ ਜੁੜੀ ਹੋਈ ਹੈ ਇੱਥੇ, ਅਲੱਗ ਅਲੱਗ ਦੇਸ਼ਾਂ ਤੋਂ ਆਏ ਹੋਏ ਆ ਇੱਥੇ ਬੰਦੇ ਸਾਰੇ ਦੇਖਣ। ਕੋਸ਼ਿਸ਼ ਕਰਾਂਗੇ ਨਾ ਗੱਲਬਾਤ ਕਰਨ ਦੀ ਜੇ ਮੌਕਾ ਮਿਲਿਆ, ਪਰ ਲੱਗਦਾ ਨਹੀਂ ਕਿਉਂਕਿ ਬਿਜ਼ੀ ਬਹੁਤ ਚੱਲ ਰਹੇ ਨੇ ਇੰਨਾ ਲਾਸਟ ਡੇ ਕਰਕੇ ਅੱਜ। ਚਲੋ ਬਾਏ ਚਾਂਸ ਅਸੀਂ ਆ ਗਏ, ਬਾਕੀ ਦੇਖਦੇ ਹਾਂ। ਇਹਨਾਂ ਨਾਲ ਥੋੜ੍ਹੀ ਗੱਲਬਾਤ ਜੀ ਹੋਈ ਸੀ, ਅਤੇ ਉਹ ਤੋਂ ਪਤਾ ਚੱਲਿਆ ਵੀ ਇਹਨਾਂ ਦਾ ਨਵਾਂ ਸਾਲ ਸ਼ੁਰੂ ਹੋਇਆ ਅੱਜ, ਅਤੇ ਇਹ ਡਰੈਗਨ ਦੀਆਂ ਡਰੈਸਿਸ ਪਾਈਆਂ ਹੋਈਆਂ ਸੀ, ਜਿੱਦਾਂ ਈਅਰ ਆਫ ਡਰੈਗਨ ਕਹਿੰਦੇ ਆ ਇਹ ਇਹਨਾਂ ਦੇ ਅਕੋਰਡਿੰਗ, ਅਤੇ ਤਾਂ ਕਰਕੇ ਇਹਨਾਂ ਸਾਰਿਆਂ ਨੇ ਡਰੈਗਨ ਵਰਗੀਆਂ ਡਰੈਸਿਸ ਪਾਈਆਂ ਹੋਈਆਂ ਸੀਗੀਆਂ। ਅਤੇ ਬਾਕੀ ਇਹਨਾਂ ਦਾ ਬਹੁਤ ਵਧੀਆ ਕਲਚਰ ਲੱਗਿਆ, ਜਿਵੇਂ ਡਰੈਸਿਸ ਇਹਨਾਂ ਦੀਆਂ ਬਹੁਤ ਵਧੀਆ ਸੀਗੀਆਂ, ਅਤੇ ਇੱਥੇ ਹੋਰ ਵੀ ਇਹਨਾਂ ਦੀਆਂ ਸਟੋਲਾਂ ਵਗੈਰਾ ਲੱਗੀਆਂ ਤੁਹਾਨੂੰ ਦਿਖਾਉਂਦੇ ਹਾਂਗੇ। ਇਹਨਾਂ ਦਾ ਫੂਡ ਦੀਆਂ ਆਈਟਮਾਂ ਇੱਥੇ ਸਟੋਲ ਲੱਗੀ ਹੋਈ ਆ, ਦੇਖੋ ਫਿਰ ਤਾਂ ਫਰੂਟ ਹੀ ਲੱਗ ਰਹੇ ਆ ਇਹ, ਕੋਈ ਪਤਾ ਨਹੀਂ ਇਹ ਕੀ ਚੀਜ਼ ਆ, ਜਿਵੇਂ ਮੈਂ ਵੈਜੀਟੇਰੀਅਨ ਹਾਂ ਸੋ ਮੈਂ ਤਾਂ ਟਰਾਈ ਵੀ ਨਹੀਂ ਕਰ ਸਕਦਾ ਇੱਥੇ। ਅੱਜ ਆ ਲਾਸਟ ਡੇ ਕਰਕੇ ਬਹੁਤ ਸਾਰੀਆਂ ਸਟੋਲਾਂ ਤਾਂ ਬੰਦ ਹੋਈਆਂ ਹੋਈਆਂ। Thank you.
ਅਲੱਗ ਅਲੱਗ ਸਟਾਲਾਂ ਆ ਗਈਆਂ ਇੱਥੇ ਇਹਨਾਂ ਦੀਆਂ ਹੋਰ ਫੂਡ ਦੀਆਂ ਧੰਨਵਾਦ ਤੁਹਾਡਾ ਜੁੜੇ ਰਹਿਣ ਲਈ ਅਤੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ। ਜੇ ਪਸੰਦ ਆਇਆ ਤਾਂ ਤੁਸੀਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਤੁਸੀਂ ਥੋੜ੍ਹਾ ਹੋਰ ਪ੍ਰਮੋਟ ਕਰੋ। ਤੁਹਾਡੇ ਸਾਰਿਆਂ ਦੀ ਹੈਲਪ ਦੀ ਬਹੁਤ ਲੋੜ ਆ ਅਤੇ ਫਿਰ ਤੁਹਾਨੂੰ ਹੋਰ ਵੀ ਵਧੀਆ ਕੰਟੈਂਟ ਦਿਖਾਇਆ ਕਰਾਂਗੇ ਅਤੇ ਟਰੈਵਲਿੰਗ ਦੇ ਅੱਗੇ ਵਧੀਆ ਪਲੈਨ ਕੀਤੇ ਹੋਏ ਆ, ਤੁਹਾਨੂੰ ਵਧੀਆ ਥਾਵਾਂ 'ਤੇ ਲੈ ਕੇ ਜਾਵਾਂਗੇ ਅਤੇ ਨਾਲੇ ਵਧੀਆ ਕੰਟੈਂਟ ਹੋਰ ਦਿਖਾਵਾਂਗੇ। ਅੱਜ ਦਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਅਗਲੇ ਨਵੇਂ ਵਲੌਗ ਦੇ ਵਿੱਚ।